ਹਾਂਜੀ ਦੋਸਤੋ, ਕੀ ਹਾਲ ਚਾਲ ਅਤੇ ਨਵੀਂ ਵੀਡੀਓ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ। ਪਹਿਲੀ ਵਾਰ ਯਾਰੋ ਜੇਕਰ ਚੈਨਲ 'ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਦਿੱਤੇ ਬੈੱਲ ਵਾਲੇ ਆਈਕਨ ਨੂੰ ਵੀ ਜ਼ਰੂਰ ਦੱਬ ਲਿਓ। ਪ੍ਰੇਮ ਢਿੱਲੋਂ ਵੱਲੋਂ ਨਵਾਂ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ ਆਲ ਏਸਿਸ ਟਾਈਟਲ ਦੇ ਨਾਲ, 7 ਤਰੀਕ ਨੂੰ ਗਾਣਾ ਰਿਲੀਜ਼ ਹੋਵੇਗਾ। ਸੋ ਦੋਸਤੋ, ਅੱਜ ਸ਼ਾਮ ਨੂੰ 6 ਵਜੇ ਇਸ ਗਾਣੇ ਦਾ ਟੀਜ਼ਰ ਵੀ ਰਿਲੀਜ਼ ਹੋ ਜਾਵੇਗਾ। ਸੋ ਦੋਸਤੋ, ਗਾਣੇ ਨੂੰ ਲੈ ਕੇ ਕੁਝ ਨਵੇਂ ਕ੍ਰੈਡਿਟਸ ਨਿਕਲ ਕੇ ਸਾਹਮਣੇ ਆ ਰਹੇ ਨੇ। ਗਾਣੇ ਨੂੰ ਗਾਇਆ ਅਤੇ ਲਿਖਿਆ ਪ੍ਰੇਮ ਢਿੱਲੋਂ ਵੱਲੋਂ ਗਿਆ ਹੈ। ਗਾਣੇ ਦੇ ਵਿੱਚ ਰੈਪ ਬਲਾਮੋ ਦੀ ਹੋਵੇਗੀ, ਇਸ ਦੇ ਨਾਲ ਹੀ ਗਾਣੇ ਦੇ ਵਿੱਚ ਫੀਮੇਲ ਵੋਕਲਿਸਟ ਵੀ ਨਜ਼ਰ ਆਏਗੀ ਜਿਸ ਦਾ ਨਾਮ TOI ਹੈ। ਗਾਣੇ ਦੇ ਵੀਡੀਓ ਡਾਇਰੈਕਟਰ ਹਨ ਜੋਤੀ ਅਤੇ ਵਿਜ਼। ਇਸ ਦੇ ਨਾਲ ਹੀ ਦੋਸਤੋ, ਅੱਜ ਵਾਜ਼ੀਰ ਪਾਤਰ ਦਾ ਵੀ ਨਵਾਂ ਗਾਣਾ ਰਿਲੀਜ਼ ਹੋਏਗਾ, ਟਾਈਟਲ ਜ਼ਨਾਦਾ। ਗਾਣੇ ਨੂੰ ਲਿਖਿਆ ਪਵਿੱਤਰ ਰਸੋਈ ਵੱਲੋਂ ਗਿਆ ਹੈ, ਮਿਊਜ਼ਿਕ ਵਾਜ਼ੀਰ ਪਾਤਰ ਦਾ ਅਤੇ ਗਾਇਆ ਵੀ ਵਾਜ਼ੀਰ ਪਾਤਰ ਵੱਲੋਂ ਗਿਆ ਹੈ। ਸ਼ਾਮ ਨੂੰ 5 ਵਜੇ ਇਹ ਗਾਣਾ ਰਿਲੀਜ਼ ਹੋਵੇਗਾ। ਇਸ ਤੋਂ ਇਲਾਵਾ ਦੋਸਤੋ, ਕੱਲ੍ਹ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸਿੱਧੂ ਮੂਸੇਵਾਲਾ USA ਦਾ ਟੂਰ ਕਰ ਰਹੇ ਹਨ। ਉਸ ਤੋਂ ਬਾਅਦ ਹੁਣ ਕਰਨ ਔਜਲੇ ਬਾਰੇ ਵੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ। ਕਰਨ ਔਜਲਾ ਵੀ ਹੁਣ ਵਰਲਡਵਾਈਡ ਟੂਰ ਲਾ ਰਿਹਾ ਹੈ, ਜਿਸ ਦੇ ਬਾਰੇ ਉਹਨਾਂ ਵੱਲੋਂ ਪੋਸਟ ਆਪਣੇ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕੀਤੀ ਗਈ ਸੀ। ਬਾਕੀ ਦੋਸਤੋ, ਤੁਹਾਨੂੰ ਕਿਹੜੇ ਗਾਣੇ ਦੀ ਵੇਟ ਰਹੇਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਨਵੇਂ ਚੈਨਲ 'ਤੇ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈੱਲ ਵਾਲੇ ਆਈਕਨ ਨੂੰ ਜ਼ਰੂਰ ਦੱਬ ਲਓ। ਨਵੀਂ ਵੀਡੀਓ ਨਾਲ ਛੇਤੀ ਹੀ ਮਿਲਦੇ ਹਾਂ।